ਤੋਤਾ ਸਿੰਘ ਵੱਲ ਦੋਨੇ ਟੀਮਾਂ ਨੂੰ ਸਾਡੀ ਬੇਨਤੀ ਹੈ ਜਲਦੀ ਦੇ ਨਾਲ ਸੈੱਟ ਲਾ ਲਓ ਮੇਰੇ ਵੀਰ ਇੱਥੋਂ ਅਗਲੀ ਟੀਮ ਨੂੰ ਮਾਰੋ ਆ ਜਨੇਤਪੁਰਾ ਤੇ ਬਾਜਵਾ ਕਲਾ ਜਨੇਤਪੁਰਾ ਸੰਤ ਬਾਬਾ ਵਿਸਾਖਾ ਸਿੰਘ ਜੀ ਕਬੱਡੀ ਕਲੱਬ ਜਨੇਤਪੁਰਾ ਵਰਸੀ ਬਾਜਵਾ ਕਲਾ ਤੇ ਉਸ ਤੋਂ ਬਾਅਦ ਮੇਰੀ ਬੇਨਤੀ ਹੈ ਸ਼ੂਸ਼ਕ ਤੇ ਧਰਮਕੋਟ ਭਾਗਪੁਰ ਗਗੜਾ ਤੇ ਬੁਰਜ ਹਰੀ ਸਿੰਘ ਭਾਗਪੁਰ ਗਗੜਾ ਤੇ ਬੁਰਜ ਹਰੀ ਸਿੰਘ ਇਹ ਵੀ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਲਾਗੇ ਪੁੱਜਣਗੇ ਇੱਧਰ ਸਰਪੰਚ ਹੋਣੀ ਪੁੱਜ ਗਏ ਹੈ ਹੈਲੋ ਹਾਂਜੀ ਇੱਥੇ ਬਾਅਦ ਜਦੋਂ ਅਸੀਂ ਫਾਈਨਲ ਮੈਚ ਕਰਾਉਣਾ ਹੈ ਸ਼ੀਰ ਕਰਮ ਸਿੰਘ ਕਲੱਬ ਅੰਬਗੜ੍ਹ ਤੇ ਧੂੜਕੋਟ ਬਰਨਾਲਾ ਇਹ ਬਾਅਦ ਕਿਲੋ ਦਾ ਫਾਈਨਲ ਮੈਚ ਇਹਨਾਂ ਦੇ ਵਿਚਾਲੇ ਕਰਾਉਣਾ ਸ਼ਹੀਦ ਕਰਮ ਸਿੰਘ ਕਲੱਬ ਅੰਬਗੜ੍ਹ ਤੇ ਧੂੜਕੋਟ ਬਰਨਾਲਾ ਇਹ ਬਾਅਦ ਕਿਲੋ ਦੇ ਦੋਵੇਂ ਟੀਮਾਂ ਕੱਪੜੇ ਉਤਾਰ ਕੇ ਗਰਾਊਂਡ 'ਚ ਆ ਜਾਓ ਲਓ ਇਸ ਸਮੇਂ ਮੁਕਾਬਲਾ ਤੋਤਾ ਸਿੰਘ ਵਾਲਾ ਵਰਸੀ ਇਸ ਤੋਂ ਅਗਲਾ ਮੈਚ ਜਨੇਤਪੁਰਾ ਤੇ ਬਾਜਵਾ ਕਲਾਂ ਦਾ ਹੈ ਸ਼ੂਸ਼ਕ ਤੇ ਧਰਮਕੋਟ ਦੀਆਂ ਟੀਮਾਂ ਪੁੱਜਣਗੀਆਂ ਲਓ ਤੋਤਾ ਸਿੰਘ ਵਾਲੇ ਦੇ ਗੱਭਰੂ ਨੇ ਕਬੱਡੀ ਪਾਈ ਹੈ ਤੇ ਦੂਜੇ ਪਾਸੇ ਵੇਖੋ ਮਹਿਰੋ ਵਾਲਾ ਉਹ ਨਹਿਰੀ ਸਾਹਿਬ ਵੇਖੋ ਧੱਕਮ ਧੱਕੇ ਹੁੰਦੀ ਜਵਾਨੀ ਤੇ ਦੁਨੀਆ ਸਾਰੀ ਮੰਨੇ ਹੱਟ ਕਬੱਡੀ ਬੰਨੇ ਹੈ ਵੀ ਹੱਟ ਕਬੱਡੀ ਬੰਨੇ ਪੁਆਇੰਟ ਨੌਜਵਾਨ ਭਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਮੇਰੀ ਬੇਨਤੀ ਹੈ ਬਾਜਵਾ ਕਲਾਂ ਤੇ ਸੰਤ ਬਾਬਾ ਵਿਸਾਖਾ ਸਿੰਘ ਜੀ ਕਬੱਡੀ ਕਲੱਬ ਜਨੇਤਪੁਰਾ ਧਰਮਕੋਟ ਵਰਸੀ ਸ਼ੂਸ਼ਕ ਦੀਆਂ ਟੀਮਾਂ ਜਲਦੀ ਦੇ ਨਾਲ ਪਹੁੰਚਣਗੀਆਂ ਖੇਡ ਮੈਦਾਨਾਂ ਦੇ ਵੱਲ ਨੂੰ ਇਧਰਲੇ ਪਾਸੇ ਕਬੱਡੀ ਵੇਖੋ ਮਹਿਰੋ ਵਾਲੇ ਨੌਜਵਾਨ ਗੱਭਰੂ ਨੇ ਪਾਈ ਹੈ ਲਾਲ ਰੰਗ ਦੀ ਨਿੱਕਰ ਹੈ ਤੇ ਖੇਡ ਮੈਦਾਨ ਦੇ ਵਿੱਚ ਵੇਖੋ ਸਾਹਮਣੇ ਤੋਤੇ ਦੇ ਨਾਲ ਮੁਕਾਬਲਾ ਤੋਤਾ ਸਿੰਘ ਵਾਲੇ ਦਾ ਨੌਜਵਾਨ ਇਸ ਸਮੇਂ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਭਾਵੀ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਗੱਭਰੂ ਪਾਵੀ ਕਬੱਡੀ ਅੱਜ ਕਹਿੰਦੇ ਕਿਸ਼ਨਪੁਰਾ ਕਲਾਂ ਦੇ ਵਿੱਚ ਦੁਨੀਆ ਭਰ ਦੇ ਸਟਾਰ ਖਿਡਾਰੀ ਪੁੱਜੇ ਹੈ ਤੇ ਅੱਜ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਮੁਕਾਬਲੇ ਐਨ ਸ਼ਾਮ ਤੱਕ ਸਿਰੇ ਦੇ ਖੇਡੇ ਜਾਣਗੇ ਲਓ ਕਬੱਡੀ ਪੈ ਗਈ ਹੈ ਤੋਤਾ ਸਿੰਘ ਵਾਲੇ ਦਾ ਨੌਜਵਾਨ ਕਬੱਡੀ ਪਾ ਰਿਹਾ ਹੈ ਤੇ ਦੂਜੇ ਪਾਸੇ ਮਹਿਰੋ ਵਾਲਾ ਵੇਖੋ ਸਾਹਮਣੇ ਨੌਜਵਾਨ ਗੱਭਰੂ ਕੋਸ਼ਿਸ਼ ਕਰਦਾ ਜੱਥਾ ਲਾਉਣ ਦੇ ਲਈ ਲਓ ਲੱਗਿਆ ਪਿਆ ਜ਼ੋਰ ਕਬੱਡੀ ਦੇ ਦੋਨੋਂ ਹੀ ਖਿਡਾਰੀਆਂ ਦਾ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਨੌਜਵਾਨ ਪਾ ਦੀ ਕਬੱਡੀ ਇੱਧਰ ਠੰਡੀ ਠੰਡੀ ਵਗਦੀ ਹੁੰਦੀ ਪਾਉਣ ਤੇ ਰੰਗ ਬਿਰੰਗੇ ਝੰਡੇ ਝੁੱਲ ਰਹੇ ਆ ਖੇਡ ਮੈਦਾਨ ਦੇ ਦੁਆਲੇ ਮੇਰੇ ਪੰਜਾਬੀ ਵੀਰੋ ਤੇ ਕਬੱਡੀ ਨੌਜਵਾਨ ਗੱਭਰੂ ਨੇ ਹੁਣ ਪਾਈ ਹੈ ਤੇ ਹੁਣ ਵੇਖਦੇ ਵੀ ਅੱਜ ਸੰਤ ਬਾਬਾ ਵਿਸਾਖਾ ਸਿੰਘ ਜੀ ਯਾਦ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਹੈ ਤੇ ਵੇਖੋ ਤੋਤਾ ਸਿੰਘ ਵਾਲੇ ਦਾ ਨੌਜਵਾਨ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਜਨੇਤਪੁਰਾ ਤੇ ਬਾਜਵਾ ਕਲਾਂ ਜਨੇਤਪੁਰਾ ਵਰਸੀ ਬਾਜਵਾ ਕਲਾਂ ਦੀਆਂ ਟੀਮਾਂ ਤੇ ਉਸ ਤੋਂ ਬਾਅਦ ਧਰਮਕੋਟ ਗੁਰੂ ਰਾਮਦਾਸ ਕਲੱਬ ਧਰਮਕੋਟ ਵਰਸੀ ਸ਼ੂਸ਼ਕ ਦੀਆਂ ਟੀਮਾਂ ਭਾਗਪੁਰ ਗਗੜੇ ਦਾ ਮੈਚ ਜਿਹੜਾ ਬੁਰਜ ਹਰੀ ਸਿੰਘ ਦੇ ਨਾਲ ਖੇਡਿਆ ਜਾਣਾ ਹੈ ਚੱਲ ਵੀ ਨੌਜਵਾਨ ਪਾ ਵੀ ਕਬੱਡੀ ਇਧਰਲੇ ਪਾਸੇ ਮਹਿਰੋ ਵਾਲਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਜਿਸ ਪਿੰਡ ਦੇ ਜੀਤੇ ਵਰਗੇ ਨੌਜਵਾਨ ਪ੍ਰਸਿੱਧ ਹੈ ਲਓ ਮਹਿਰੋ ਵਾਲੇ ਨੌਜਵਾਨ ਨੇ ਕਬੱਡੀ ਪਾ ਦਿੱਤੀ ਹੈ ਮੇਰੀ ਬੇਨਤੀ ਹੈ ਬਾਜਵਾ ਕਲਾਂ ਤੇ ਸੰਤ ਬਾਬਾ ਵਿਸਾਖਾ ਸਿੰਘ ਕਲੱਬ ਜਨੇਤਪੁਰਾ ਸ਼ੂਸ਼ਕ ਤੇ ਧਰਮਕੋਟ ਦੀਆਂ ਟੀਮਾਂ ਸ਼ੂਸ਼ਕ ਵਰਸੀ ਧਰਮਕੋਟ ਇਹ ਟੀਮਾਂ ਵੀ ਜਲਦੀ ਦੇ ਨਾਲ ਤਿਆਰੀ ਖਿੱਚ ਕੇ ਖੇਡ ਮੈਦਾਨਾਂ ਦੇ ਵੱਲ ਨੂੰ ਪੁੱਜਣਗੀਆਂ ਲਓ ਇਧਰਲੇ ਪਾਸੇ ਕਬੱਡੀ ਤੋਤਾ ਸਿੰਘ ਵਾਲੇ ਦੇ ਨੌਜਵਾਨ ਗੱਭਰੂ ਦੀ ਹੈ ਗੋਰੇ ਨਿਸ਼ੋਰੇ ਰੰਗ ਦੇ ਵਿੱਚ ਵੇਖੋ ਸਾਹਮਣੇ ਭਰੀਆਂ ਹੋਈਆਂ ਬਗਲਾਂ ਹੈ ਜਫਾ ਲੱਗੇਗਾ ਜਾਂ ਨਹੀਂ ਗੱਲਾਂ ਹੋਣਗੀਆਂ ਤੇ ਵੇਖੋ ਉਧਰਲੇ ਪਾਸੇ ਕੱਢ ਕੇ ਬਗਾਨਾ ਪੁੱਤ ਮਾਰਿਆ ਹੈ ਹੁੰਦਾ ਜਿਵੇਂ ਮੱਖਣ ਚੋਂ ਵਾਲ ਪਈ ਪੁਆਇੰਟ ਜਿਹੜਾ ਨੌਜਵਾਨ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅੱਜ ਕਿਸ਼ਨਪੁਰਾ ਕਲਾਂ ਦੀ ਧਰਤੀ ਹੈ ਦੁਨੀਆ ਭਰ ਦੇ ਪ੍ਰਸਿੱਧ ਖਿਡਾਰੀ ਪੁੱਜੇ ਹੈ ਤੇ ਕਹਿੰਦੇ ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ ਕਿਸ਼ਨਪੁਰਾ ਕਲਾਂ ਲਓ ਕਬੱਡੀ ਪੈ ਗਈ ਹੈ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਹੁਣ ਵੇਖੋ ਸਾਹਮਣੇ ਮਹਿਰੋ ਵਾਲੇ ਦੀ ਪਾਈ ਹੋਈ ਕਬੱਡੀ ਤੇ ਤੋਤਾ ਸਿੰਘ ਵਾਲੇ ਦਾ ਜਾਫੀ ਕਰਦਾ ਹੋਇਆ ਪੂਰੀ ਟਰਾਈ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਜਨੇਤਪੁਰਾ ਤੇ ਬਾਜਵਾ ਕਲਾਂ ਜਨੇਤਪੁਰਾ ਤੇ ਬਾਜਵਾ ਕਲਾਂ ਧਰਮਕੋਟ ਵਰਸੀ ਸ਼ੂਸ਼ਕ ਦੀਆਂ ਟੀਮਾਂ ਇਸ ਤੋਂ ਅਗਲੇ ਮੈਚਾਂ ਦੇ ਲਈ ਪੁੱਜਣਗੀਆਂ ਜਲਦੀ ਦੇ ਨਾਲ ਖੇਡ ਮੈਦਾਨਾਂ ਦੇ ਵੱਲ ਲਓ ਸਾਹਮਣੇ ਵੇਖੋ ਨਹਿਰੀ ਸਾਹਿਬ ਨੌਜਵਾਨ ਇਧਰਲੇ ਪਾਸੇ ਹੁਣ ਜਫਾ ਲੱਗੇਗਾ ਜਾਂ ਨਹੀਂ ਉਧਰ ਘੱਲ ਕਲਾਂ ਦਾ ਲਕਸ਼ਮਣ ਕਹਿੰਦੇ ਆਪਣੇ ਸਮੇਂ ਦਾ ਪ੍ਰਸਿੱਧ ਕਬੱਡੀ ਦਾ ਖਿਡਾਰੀ ਹੈ 30 ਸੈਕਿੰਡ ਦੇ ਉੱਪਰ ਹੁੱਟ ਦੀਆਂ ਸੇਵਾਵਾਂ ਦੇ ਰਿਹਾ ਲਓ ਇਧਰਲੇ ਪਾਸੇ ਪੁਆਇੰਟ ਜਿਹੜਾ ਨੌਜਵਾਨ ਜਾਫੀ ਨੇ ਆਪਣੀ ਟੀਮ ਦੇ
हिस्से जोड़ दिता है। पॉइंट जिहड़ा इस समय मैरो पिंड की टीम के हिस्से जुड़े है, चल भी मैरो वाले पा भी कबड्डी उधरले पासे वेखो कबड्डी पै गई है। उधर साढ़े प्रितपाल सिंह जी बराड़ साहब ने भी पुजे है, उन्हों का भी तह दिल तो धन्यवाद है। जैमल वाला पिंड तो साड़ी जिंदगी के जीज मित्रां दे विचों एक है। लो सामने कबड्डी पै गई है, वेखो खेड मैदान दे विच ते हुण लो हो गया मुकाबला। आउंदा नौजवान भज्जिया ते पॉइंट जिहड़ा इस समय अगली टीम नूं आवाज़ मार के बाई अगली टीम नूं मैरों की टीम जित रही है जी। नोट करनगे साडे सज्जन मैरों की टीम चलते हुए मुकाबले की जेतु टीम है। लो जनेतपुरा वर्सिज बाजवा कला, जनेतपुरा वर्सिज बाजवा कला दी टीमां दे दरमियान जनेतपुरे की टीम जी संत बाबा विसाखा सिंह जी कबड्डी क्लब जनेतपुरा ते दूसरे पासे टीम जी बाजवा कला दी है। ते नाल ही मेरी बेनती है धर्मकोट सारे सत्कार योग भरावां दा बहुत बहुत धन्नवाद है। जिहड़े वीर आपो अपणियां ड्यूटियां नूं सांभी बैठे है ते जिहड़े दर्शक अज दे इहनां मैचां नूं तकण दे लई पुज्जे है उहनां सारे सत्कार योग भरावां दा तहे दिल तों धन्नवाद है। आओ जी जल्दी दे नाल सेंटर लाइन दे उपर जनेतपुरा वर्सिज बाजवा कला वर्सिज संत बाबा विसाखा सिंह कबड्डी क्लब जनेतपुरा नाल ही धर्मकोट ते शुष्क दीआं टीमां भी तैयार रहणगीआं। धर्मकोट वर्सिज शुष्क दीआं टीमां एक पासे संत बाबा विसाखा सिंह जी कबड्डी क्लब जनेतपुरा है ते दूजे पासे बाबा सुखचैन दास जी कबड्डी क्लब बाजवा कला दी टीम है। जिले लुधियाणे ते जिले कहिंदे जलंधर दी टीमां दे दरमियान मुकाबला जिहड़ा इस समय खेड मैदान दे विचकार खेडिया जाएगा। इंद्रपाल होणा दा पिंड है बाजवा ते उधरले पासे कहिंदे समय समय सिर कबड्डी दे स्टार जनेतपुरे दी धरती ने पैदा कीते है। दुनिया भर दे विच दोनों नगरां दा नां है ते अज रौनकां कहिंदे किशनपुरा कलां दे विच लगियां होईयां है। संत बाबा विसाखा सिंह जी दी पावन ते पवित्र धरती है, दुनिया भर दे विच गल्लां होंदियां है ते चल भी नौजवानां इस समय मुकाबला जिहड़ा खेड मैदान दे विच कर स्टार्ट होण जा रिहा है। बाजवा कलां दी टीम जिहड़ी पिंड वाली साइड है, पिंड वाले पासे मेरे पंजाबी वीरो इह टीम जिहड़ी बाजवा कलां दी शाहकोट दे लागे करके बाजवा कलां पिंड है ते दूजे पासे चढ़दे वाली साइड सिद्धवां वाली साइड टीम जिहड़ी है इह टीम है संत बाबा विसाखा सिंह जी कबड्डी क्लब जनेतपुरे दी टीम है। जनेतपुरा वर्सी बाजवा कलां दीआं टीमां दे दरमियान लो पहली कबड्डी लाल रंग दी निकर दे विच नौजवान देखो सामने इधरले पासे बाजवा कलां दा गभरू कबड्डी पा रिहा है ते हुण चार जाफी है जनेतपुरे पिंड दे ते लो फैसला हो चुक्या है भी नौजवान डबल टच है। पहला डेढ़ पॉइंट जिहड़ा है इह बाजवा कलां दी टीम दे हिस्से जुड़दा होया है। शूशक वर्सी धर्मकोट दी टीमां ते नाल ही इस तों अगले मैचां दी लिस्ट भी जिहड़ी पुज रही है। जिवें जिवें लिस्ट पुजदी है आपां टीमां नूं आवाज देवांगे ते टीमां ने समय नूं ध्यान दे विच रखदे होए ग्राउंडां दे विच पुज पैणा। चल भी जवान उधरले पासे वेखो सामने पॉइंट जिहड़ा है नौजवान भागी दे हिस्से दे विच जुड़दा होया है। पॉइंट जिहड़ा है नौजवान भागी दे हिस्से है, रैफरी साहिबान दा फैसला जिहड़ा है। चल भी नौजवान पा भी कबड्डी इधर बाजवा कलां ते जनेतपुरे दी टीमां दे दरमियान मुकाबला जिहड़ा खेड मैदान दे विचकार खेडिया जा रहा है। चल भी नौजवान इधरले पासे वेखो हुण कबड्डी पै गई है, लाओ गभरू जनेतपुरिया जनेतपुरिया ते दूजे पासे बाजवा कलां वाला गुंदा होया शरीर है नौजवान गभरू दा ते पॉइंट जिहड़ा है अपनी टीम दे हिस्से जोड़दा है। चल भी नौजवान पा भी कबड्डी लो इधरले पासे कीती है नमस्कार कीता उस परमात्मा वाहिगुरु नूं याद ते नौजवान कबड्डी पाउण दे लई खेड मैदान दे विच वधिया होया ते कबड्डी 365.com दे जरिए जिहड़े साडे वीर चाहे विदेशां दे विच बैठे इहनां मैचां नूं तक रहे है चाहे पंजाब दे विच बैठे इहनां मैचां दा आनंद माण रहे है सारे वीरां दा धन्नवाद है। ते जिहड़े साडे भरा आपदे निजी कम्मां कारां नूं छड्ड के अज किशनपुरे दे कबड्डी टूरनामेंट दे विच पहुंचे है सारे
ਸਾਰੇ ਸਤਿਕਾਰਯੋਗ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਤੇ ਵੇਖੋ ਕਬੱਡੀ ਬਾਜਵਾ ਕਲਾਂ ਵਾਲੇ ਨੌਜਵਾਨ ਗੱਭਰੂ ਨੇ ਪਾ ਦਿੱਤੀ ਹੈ, ਸ਼ਾਹਕੋਟ ਦੇ ਏਰੀਏ ਦਾ ਨੌਜਵਾਨ ਗੱਭਰੂ ਵੇਖੋ ਕਬੱਡੀ ਪਾਉਂਦਾ ਹੋਇਆ। ਉਧਰਲੇ ਪਾਸੇ ਵੇਖੋ ਮੁੰਡਾ ਜ਼ਿਲ੍ਹੇ ਲੁਧਿਆਣੇ ਵਾਲਾ ਜਨੇਤਪੁਰੀਏ ਦਾ ਜੱਫਾ ਹੈ, ਖੇਡ ਮੈਦਾਨ ਦੇ ਵਿੱਚ ਇਹਦੇ ਪੁਆਇੰਟ ਜਿਹੜਾ ਹੈ। ਇਸ ਸੰਤ ਬਾਬਾ ਵਿਸਾਖਾ ਸਿੰਘ ਜੀ ਕਬੱਡੀ ਕਲੱਬ ਜਨੇਤਪੁਰੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਜਵਾਨਾ ਪਾ ਵੀ ਕਬੱਡੀ। ਇਸ ਤੋਂ ਅਗਲਾ ਮੈਚ ਗੁਰੂ ਰਾਮਦਾਸ ਕਲੱਬ ਧਰਮਕੋਟ ਵਰਸੀ ਸ਼ੁਸ਼ਕ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ। ਗੁਰੂ ਰਾਮਦਾਸ ਕਲੱਬ ਧਰਮਕੋਟ ਵਰਸੀ ਸ਼ੁਸ਼ਕ ਤੇ ਉਧਰਲੇ ਪਾਸੇ ਵੇਖੋ ਪੁੱਠੀ ਪੈ ਗਈ ਹੈ ਖੇਡ ਮੈਦਾਨ ਦੇ ਵਿੱਚ। ਕਦੇ ਕੁਲਵਿੰਦਰ ਗਿਆਨੀ ਦੀਆਂ ਪੁੱਠੀਆਂ ਦੀਆਂ ਗੱਲਾਂ ਹੋਈਆਂ ਤੇ ਪੁਆਇੰਟ ਜਿਹੜਾ ਹੈ ਇਧਰਲੇ ਪਾਸੇ ਵੇਖੋ ਪੁਆਇੰਟ ਜਿਹੜਾ ਹੈ ਨੌਜਵਾਨ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਚੱਲ ਵੀ ਗੱਭਰੂ ਪਾ ਵੀ ਕਬੱਡੀ। ਅਗਲੀ ਰੇਡ ਫਿਰ ਵੇਖੋ ਨੌਜਵਾਨ ਬਾਜਵਾ ਕਲਾਂ ਦੀ ਧਰਤੀ ਦਾ ਜ਼ਿਲ੍ਹਾ ਜਲੰਧਰ ਤੇ ਜ਼ਿਲ੍ਹਾ ਲੁਧਿਆਣੇ ਦੀਆਂ ਟੀਮਾਂ ਦੇ ਦਰਮਿਆਨ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਹੈ। ਲਓ ਸਾਹਮਣੇ ਵੇਖੋ ਫਿਰ ਕਬੱਡੀ ਪੈ ਗਈ ਹੈ। ਮੁਕਾਬਲਾ ਰੱਖਿਆ ਧੌਣ ਦੇ ਉੱਪਰ ਹੱਥ ਨੌਜਵਾਨ ਗੱਭਰੂ ਵੇਖੋ ਉਹ ਹੋ ਗਿਆ ਮੇਰੋ ਮੇਰੀ ਸਾਹਮਣੇ ਵੇਖੋ ਪੰਜਾਬ ਦੀ ਜਵਾਨੀ ਦੇ ਚਰਚੇ ਹੇ ਲਾ ਗਿਆ ਜ਼ੋਰ ਤੇ ਵੇਖੋ ਹੁਣ ਐਨ ਸਵਾਦ ਵੱਜਿਆ ਪਿਆ। ਇਹ ਕਬੱਡੀ ਮੇਰੇ ਪੰਜਾਬੀ ਵੀਰੋ ਅੱਜ ਕਿਸ਼ਨਪੁਰੇ ਦੇ ਵਿੱਚ ਰੌਣਕ ਹੈ, ਬਹਾਰਾ ਹੈ। ਸੰਤ ਬਾਬਾ ਵਿਸਾਖਾ ਸਿੰਘ ਜੀ ਦੀ ਅਪਾਰ ਕਿਰਪਾ ਹੈ ਤੇ ਵੇਖੋ ਸਾਹਮਣੇ ਜਨੇਤਪੁਰੀਆ ਮੁੰਡਾ ਹੈ ਜ਼ਿਲ੍ਹੇ ਲੁਧਿਆਣੇ ਵਾਲਾ ਤੇ ਉੱਧਰ ਜਲੰਧਰ ਜ਼ਿਲ੍ਹਾ ਜਲੰਧਰ ਦੇ ਚਾਰ ਜਾਫੀ ਤੇ ਡਬਲ ਟੱਚ ਤੇ ਪੁਆਇੰਟ ਜਿਹੜਾ ਹੈ ਲਓ ਸਾਹਮਣੇ ਵੇਖੋ ਇਸ ਸਮੇਂ ਨੌਜਵਾਨ ਭਾਵੀ ਦੇ ਹਿੱਸੇ ਜੁੜਦਾ ਹੋਇਆ। ਮੇਰੀ ਬੇਨਤੀ ਹੈ ਪ੍ਰਬੰਧਕ ਵੀਰਾਂ ਨੂੰ ਕਿਰਪਾ ਕਰਕੇ ਅਗਲੇ ਮੈਚਾਂ ਦੀ ਲਿਸਟ ਜਿਹੜੀ ਹੈ ਉਹ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ ਤੇ ਲਓ ਸਾਹਮਣੇ ਵੇਖੋ ਪੁਆਇੰਟ ਨੌਜਵਾਨ ਭਾਵੀ ਦੇ ਹਿੱਸੇ ਹੈ। ਇੱਧਰ ਪੁਆਇੰਟਾਂ ਵਾਲੇ ਵੀਰ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਜੋ ਆਪਣੀਆਂ ਡਿਊਟੀਆਂ ਨੂੰ ਬੜੀ ਬਾਖੂਬੀ ਦੇ ਨਾਲ ਨਿਭਾ ਰਿਹਾ ਹੈ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ। ਇੱਧਰਲੇ ਪਾਸੇ ਕਬੱਡੀ ਪੈ ਗਈ ਹੈ ਜਨੇਤਪੁਰੇ ਦੀ ਟੀਮ ਦੇ ਵਿੱਚ ਕਬੱਡੀ ਪੈਂਦੀ ਹੈ ਤੇ ਵੇਖੋ ਸਾਹਮਣੇ ਨੌਜਵਾਨ ਗੱਭਰੂ ਨੇ ਕਬੱਡੀ ਪਾਈ ਹੈ ਤੇ ਹੁਣ ਚਾਰ ਜਾਫੀ ਹੈ ਕਿ ਖੜੇ ਮਾਰਨ ਥਾਪੀਆਂ ਵੀ ਉੱਚੀ ਲੱਖਾਂ ਜਵਾਰਾ ਲਾਲੀ ਤੇ ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰ ਮੁੜਨ ਨਾ ਖਾਲੀ ਇੱਕ ਬਾਘਾ ਮਲਕਿਆਂ ਦਾ ਜੱਫੇ ਲਾਉਂਦਾ ਗਰਮੀ ਖਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੋਦੀ ਲਾ ਕੇ। ਅੱਜ ਕਹਿੰਦੇ ਕੁੰਡੀਆਂ ਦੇ ਸਿੰਘ ਫਸਣੇ ਹੈ ਕਿਸ਼ਨਪੁਰੇ ਦੀ ਧਰਤੀ ਹੈ ਤੇ ਦੁਨੀਆਂ ਭਰ ਦੇ ਪ੍ਰਸਿੱਧ ਖਿਡਾਰੀ ਅੱਜ ਪੁੱਜ ਰਹੇ ਹੈ। ਉਧਰਲੇ ਪਾਸੇ ਵੇਖੋ ਸਾਹਮਣੇ ਨੌਜਵਾਨ ਬਾਜਵੇ ਵਾਲਾ ਪੁਆਇੰਟ ਜਿਹੜਾ ਹੈ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਇਸ ਤੋਂ ਅਗਲਾ ਮੈਚ ਸ਼ੂਸ਼ਕ ਵਰਸੀ ਧਰਮਕੋਟ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਸ਼ੂਸ਼ਕ ਵਰਸੀ ਧਰਮਕੋਟ ਦੀਆਂ ਟੀਮਾਂ ਲਓ ਸਾਹਮਣੇ ਕਬੱਡੀ ਪੈ ਗਈ ਹੈ। ਨੌਜਵਾਨ ਗੱਭਰੂ ਦੀ ਪਾਈ ਹੋਈ ਰੇਡ ਦੇ ਉੱਪਰ ਹੁਣ ਵੇਖੋ ਕਿਹੜਾ ਜਾਫੀ ਕਰਦਾ ਟਰਾਈ ਪਰ ਪੁਆਇੰਟ ਜਿਹੜਾ ਹੈ ਇਹ ਜਨੇਤਪੁਰੇ ਦੀ ਟੀਮ ਦੇ ਹਿੱਸੇ ਜਾ ਜੁੜਿਆ ਹੈ। ਮੇਰੀ ਬੇਨਤੀ ਹੈ ਜੀ ਅਗਲੇ ਮੈਚਾਂ ਦੀ ਲਿਸਟ ਕਿਰਪਾ ਕਰਕੇ ਪੁੱਜ ਨਹੀਂ ਕਰ ਦਿਓ ਕਿਉਂਕਿ ਸਾਡੇ ਕੋਲ ਇੱਕ ਹੀ ਮੈਚ ਬਾਕੀ ਹੈ। ਅਗਲੇ ਮੈਚਾਂ ਦੀ ਲਿਸਟ ਕਿਰਪਾ ਕਰਕੇ ਪ੍ਰਬੰਧਕ ਵੀਰਾਂ ਨੂੰ ਸਾਡੀ ਬੇਨਤੀ ਹੈ ਰਾਊਂਡ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ। ਲਾਲ ਰੰਗ ਦੀ ਨੀਕਰ ਹੈ ਤੇ ਗੋਡਿਆਂ ਦੇ ਉੱਪਰ ਨੀ ਕੈਪ ਉਧਰਲੇ ਪਾਸੇ ਗੱਭਰੂ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਬਾਜਵਾ ਕਲਾਂ ਦੀ ਟੀਮ ਦੇ ਹਿੱਸੇ ਜੁੜ ਗਿਆ ਹੈ। ਮੈਚ ਸਮਾਪਤ ਹੈ। ਇਸ ਮੁਕਾਬਲੇ ਦੇ ਵਿੱਚ ਬਾਜਵਾ ਕਲਾਂ ਦੀ ਟੀਮ ਜੇਤੂ ਨਹੀਂ ਹੈ ਜੀ। ਬਾਜਵਾ ਕਲਾਂ ਦੀ ਟੀਮ ਚੱਲਦੇ ਹੋਏ ਮੁਕਾਬਲੇ ਦੀ ਜੇਤੂ ਟੀਮ ਹੈ। ਲਓ ਇਧਰਲੇ ਪਾਸੇ ਸ਼ੂਸ਼ਕ ਵਰਸੀ ਧਰਮਕੋਟ ਦੀਆਂ ਟੀਮਾਂ ਚੌਥੇ ਰਾਉਂਡ ਦੇ ਦੋ ਮੈਚ ਇਹਨਾਂ ਦੇ ਮੈਚ ਇਹ ਕਰਾਉਣੇ ਜੀ
ਕਾਲਾ ਸੰਘਾ ਵਰਸੇ ਫਤਿਹਗੜ੍ਹ ਕਿਸ਼ਨਪੁਰਾ ਇਹ ਵਰਸੇ ਭਰੋਵਾਲਾ ਇਹ 75 ਕਿਲੋ ਦੀਆਂ ਦੋਵਾਂ ਟੀਮਾਂ ਗਰਾਊਂਡ 'ਚ ਆ ਜਾਓ ਕਾਲਾ ਸੰਘਾ ਵਰਸੇ ਫਤਿਹਗੜ੍ਹ ਕਿਸ਼ਨਪੁਰਾ ਇਹ ਵਰਸੇ ਭਰੋਵਾਲਾ 75 ਕਿਲੋ ਵਰਗ ਦੀਆਂ ਟੀਮਾਂ ਗਰਾਊਂਡ 'ਚ ਆ ਜਾਓ ਇਹ ਪਚੱਤਰ ਕਿਲੋ ਵਾਲੇ ਕਾਲਾ ਸੰਘਾ ਵਰਸੇ ਫਤਿਹਗੜ੍ਹ ਕਿਸ਼ਨਪੁਰਾ ਇਹ ਵਰਸੇ ਭਰੋਵਾਲ 75 ਕਿਲੋ ਚਾਰੇ ਟੀਮਾਂ ਗਰਾਊਂਡ 'ਚ ਆ ਜਾਓ ਇਹਨਾਂ ਦਾ ਪਹਿਲਾਂ ਹੀ ਮੈਚ ਕਰਾਉਣਾ ਹੈ ਇਸ ਸਮੇਂ ਮੁਕਾਬਲਾ ਜਿਹੜਾ ਸ਼ੂਸ਼ਿਤ ਵਰਸੀ ਧਰਮਕੋਟ ਦੀਆਂ ਟੀਮਾਂ ਦੇ ਦਰਮਿਆਨ ਤੇ ਉਸ ਤੋਂ ਬਾਅਦ ਇਸ ਤੋਂ ਅਗਲਾ ਮੈਚ ਬਾਬਾ ਰੋਡੂ ਸ਼ਾਹ ਕਲੱਬ ਚੂੜ ਚੱਕ ਵਰਸੀ ਨੂਰਪੁਰ ਚੂੜ ਚੱਕ ਤੇ ਨੂਰਪੁਰ ਉਸ ਤੋਂ ਬਾਅਦ ਲਸਾਣਾ ਗਿੱਲ ਵਰਸੀ ਮੀਨੀਆ ਹੁਣ ਜਿਹੜਾ ਮੈਚ ਹੈ ਜੀ ਧਰਮਕੋਟ ਤੇ ਸ਼ੂਸ਼ਕ ਦੀਆਂ ਟੀਮਾਂ ਦੇ ਦਰਮਿਆਨ ਸਟਾਰਟ ਹੋਣ ਜਾ ਰਿਹਾ ਹੈ ਚੂੜ ਚੱਕ ਤੇ ਨੂਰਪੁਰ ਲਸਾਣਾ ਗਿੱਲ ਤੇ ਮੀਨੀਆ ਕਿਸ਼ਨਪੁਰਾ ਬੀ ਵਰਸੀ ਕਿਸ਼ਨਪੁਰਾ ਏ ਸ਼ੂਸ਼ਕ ਵਾਲਿਓ ਜਿੰਨੇ ਜੱਫੇ ਲਾਓਗੇ ਉਹਨੇ 100 ਰੁਪਈਆ ਹਰੇਕ ਜੱਫੇ ਦਾ 100 ਸ਼ੂਸ਼ਕ ਵਾਲਿਆਂ ਨੂੰ ਲਓ ਇਧਰਲੇ ਪਾਸੇ ਧਰਮਕੋਟ ਵਾਲਾ ਨੌਜਵਾਨ ਕਬੱਡੀ ਪਾ ਰਿਹਾ ਹੈ ਤੇ ਸੁੱਖਾ ਸ਼ੂਸ਼ਕ ਵਾਲਾ ਕਹਿੰਦੇ ਲੰਮੇ ਸਮੇਂ ਤੋਂ ਕਬੱਡੀ ਖੇਡਦਾ ਆ ਰਿਹਾ ਹੈ ਨੌਜਵਾਨ ਨੂੰ ਕਬੱਡੀ ਦਾ ਤਜਰਬਾ ਵੀ ਵੱਡਾ ਹੈ ਤੇ ਖੇਡ ਮੈਦਾਨ ਦੇ ਵਿੱਚ ਵੇਖੋ ਸੁੱਖਾ ਇਹ ਨੌਜਵਾਨ ਸ਼ੂਸ਼ਕ ਵਾਲਾ ਇਸ ਸਮੇਂ ਪੂਰੀ ਕੋਸ਼ਿਸ਼ ਕਰਦਾ ਹੋਇਆ ਹੈ ਡੱਕ ਲੈਣ ਦੀ ਲਓ ਸਾਹਮਣੇ ਵੇਖਣਾ ਹੈ ਪੁਆਇੰਟ ਜਿਹੜਾ ਹੈ ਇਹ ਜੱਫੀਆਂ ਦੇ ਹਿੱਸੇ ਜੁੜਦਾ ਹੈ ਵੀ 200 ਰੁਪਈਆ ਭੁੱਲ ਗਿਆ ਸੀ ਕਿਤੇ 200 ਰੁਪਈਆ ਤਰਸੇਮ ਮਾਨ ਵੱਲੋਂ ਜਿੰਨੇ ਜੱਫੇ ਲਾਉਣਗੇ ਸ਼ੂਸ਼ਕ ਵਾਲੇ 200 ਰੁਪਈਆ ਤਰਸੇਮ ਮਾਨ ਕੈਨੇਡੀਅਨ ਜਿੰਨੇ ਜੱਫੇ ਲਾਉਣਗੇ ਸ਼ੂਸ਼ਕ ਵਾਲੇ 200 ਚੁੱਕੀ ਜਾਂਦੇ ਮੇਰੇ ਕੋਲੇ ਆਏ ਪਏ ਆ ਹੈਲੋ ਬਾਈ ਜੀ ਉਹਦੇ ਗੰਗੜਾ ਦੀ ਟੀਮ ਖੜੀ ਹੈ ਜੀ ਪ੍ਰਬੰਧਕ ਕਮੇਟੀ ਕਿਰਪਾ ਕਰਕੇ ਰਾਬਤਾ ਕਾਇਮ ਕਰ ਲਵੇ ਇਸ ਤੋਂ ਅਗਲੇ ਮੈਚ ਲਈ ਬਾਬਾ ਰੋਡੂ ਸ਼ਾਹ ਕਲੱਬ ਚੂੜ ਚੱਕ ਵਰਸੀ ਨੂਰਪੁਰ ਚੂੜ ਚੱਕ ਤੇ ਨੂਰਪੁਰ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਲਸਾਣਾ ਗਿੱਲ ਤੇ ਮੀਨੀਆਂ ਕਿਸ਼ਨਪੁਰਾ ਏ ਤੇ ਕਿਸ਼ਨਪੁਰਾ ਬੀ ਸਭਰਾਵਾ ਵਰਸੀ ਬਾਬਾ ਰੋਡੂ ਸ਼ਾਹ ਕਲੱਬ ਸ਼ਾਬਾਸ਼ ਸ਼ਾਬਾਸ਼ 400 ਪਟਕਾ ਸ਼ੂਸ਼ਕ ਵਾਲਾ ਚੱਕੀ ਆਓ ਕੰਮ ਨੂੰ ਮਾੜਾ ਜਿਹਾ ਇਧਰਲੇ ਪਾਸੇ ਰੀਤਾ ਨੌਜਵਾਨ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਮੇਰੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿਰਪਾ ਕਰਕੇ ਪਲੇਅਰਾਂ ਦੇ ਨਾਲ ਗਗੜੇ ਦੀ ਟੀਮ ਪੁੱਜੀ ਹੈ ਰਾਬਤਾ ਕਾਇਮ ਕਰਨ ਦੀ ਚੱਲ ਰੀਤਾ ਇਸ ਸਮੇਂ ਸ਼ੂਸ਼ਕ ਵਾਲਾ ਨੌਜਵਾਨ ਵੇਖੋ ਸਾਹਮਣੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਚੂੜ ਚੱਕ ਤੇ ਨੂਰਪੁਰ ਮੇਰੀ ਬੇਨਤੀ ਹੈ ਪ੍ਰਬੰਧਕ ਕਮੇਟੀ ਵਾਲੇ ਸੱਜਣਾਂ ਨੂੰ ਕਿਰਪਾ ਕਰਕੇ ਭਾਗਪੁਰ ਗਗੜੇ ਦੀ ਟੀਮ ਦੇ ਪਲੇਅਰ ਗਰਾਊਂਡ ਤੇ ਜੀ ਗੁਰਜਾਰੀ ਸਿੰਘ ਨਾਲ ਮੈਚ ਹੈ ਜੋ ਮੈਚ ਅੱਗੇ ਪਿੱਛੇ ਕੀਤਾ ਉਹ ਪ੍ਰਬੰਧਕ ਕਮੇਟੀ ਆਪਣਾ ਫੈਸਲਾ ਸੁਣਾਵੇ ਜੀ ਚੱਲ ਇਧਰਲੇ ਪਾਸੇ ਵੇਖੋ ਇੱਕ ਨਰਵੈਰ ਸਿੰਘ ਰਾਣੀ ਬਾਈ ਦਾ ਧੋਨੀ ਹੈ ਪਰ ਇਧਰਲੇ ਪਾਸੇ ਵੇਖੋ ਇਹ ਸ਼ੂਸ਼ਕ ਵਾਲਾ ਪੁਆਇੰਟ ਜਿਹੜਾ ਹੈ ਆਪਣੀ ਟੀਮ ਦੇ ਉਧਰਲੇ ਪਾਸੇ ਕਬੱਡੀ ਪੈ ਗਈ ਤੇ ਚਾਰ ਜਾਫੀ ਹੈ ਸ਼ੂਸ਼ਕ ਪਿੰਡ ਦੇ ਮੇਰੀ ਬੇਨਤੀ ਹੈ ਗੁਰਚਰਨ ਸੁਨੇਰ ਜੀ ਕਿਰਪਾ ਕਰਕੇ ਗਰਾਊਂਡ ਦਾ ਮੂਲ ਹੋ ਗਿਆ ਤੁਹਾਡਾ ਸ਼ੂਸ਼ਕ ਵਾਲੇ 800 ਲੈ ਜਾਣ ਦਿੱਤੋ ਇੱਧਰ ਮੇਰੀ ਬੇਨਤੀ ਹੈ ਜੀ ਪ੍ਰਬੰਧਕ ਕਮੇਟੀ ਕਿਰਪਾ ਕਰਕੇ ਭਾਗਪੁਰ ਗਗੜੇ ਦੀ ਟੀਮ ਗਰਾਊਂਡ ਦੇ ਵਿੱਚ ਖੜੀ ਹੈ ਇਹ
इस मुकाबले शुष्क की टीम जेतू रही है जी, शुष्क की टीम शुष्क वाले 800 रुपया ले जाओ मेरा वीर तसेम मान कनेडियन वालों। बुरज हरी सिंह की टीम नूं मेरी बेनती है, वह निर्वैर कौंडी सीगा वीर मेरे थोड़े जो शुष्क वाले तारे शुष्क वाले निर्वैर कौंडी बुरज हरी सिंह नाल ही मेरी बेनती है चूड़ चक ते नूरपुर चूड़ चक ते नूरपुर लसाड़ा गिल ते मीनिया किशनपुरा ए ते किशनपुरा बी सभरावां ते कौके बीजापुर ते भम्मीपुरा बाड़ेवाला ते मालड़ी साहब फतेहगढ़ कोरोटावां ते बाबा हरगोबिंद क्लब सनेर कल कलां वरसी ज गिदड़बिंडी झनेर वरसी ज कालसर मोगा तोता शहीद करम सिंह क्लब इंदगढ़ इंदगढ़ महल कलां बुटर कलां ते खसरोपुर पूला ते डोड आओ जी गुरचरण सुनील जी बुरज हरी सिंह की टीम नूं साडी बेनती है जां प्रबंधक कमेटी के सज्जनां नूं साडी बेनती है जी ग्राउंड खाली पिया है बगड़े की टीम पहुंची हुई है ते नाल ही मेरी बेनती है चूर चक ते नूरपुर लसाड़ा गिल ते मीनिया ले भी जस आपां उस टीम नूं कहीए तां जल्दी ग्राउंड दे विच आवे क्योंकि भागपुर गगड़े की टीम कबड्डी के मैदान दे विच पहुंच चुकी है और बुरज हरी की टीम नहीं पुजी बाबा रोडू शाह क्लब चूड़ चक के नूरपुर ये टीम जल्दी तो जल्दी कबड्डी के मैदान के वालों पुजना। हेलो भाई एक मिनट हाँ जी भाजी बुरज हरी सिंह की टीम ग्राउंड के नहीं पुजी जे फैसला तुसी करना क्योंकि भागपुर गगड़े की टीम ग्राउंड के बाबा रोडू शाह क्लब चूड़ चक के नूरपुर ठीक है भाजी धन्यवाद जी। बाबा रोडू शाह क्लब चूड़ चक के नूरपुर दीम कितने ने ये टीम जल्दी तो जल्दी कबड्डी के मैदान में पुजना। उधर देखो हजारों की तादाद दर्शक आए हैं क्योंकि कोई श्री मुक्तसर साहब तो कोई बठिंडे तो जगत सिंह वाले तो यार सारे पुजे हैं पूरा पिंड ही पुज गया। आप धन्यवाद करा सारे भरावान का जेडे आप साहब को 25 ते 26 तरीक के सदे दे रहे हैं सारे भरावान का धन्यवाद है। सो मैं बेनती करूंगा लसाड़ा गिल ते मीनिया किशनपुरा बी ते किशनपुरा ए एक कबड्डी ओपन दिया टीम नोट कर लेना भी जल्दी तो जल्दी कबड्डी के मैदान में टीम पुजन सभरावां वरसे बाबा रोडू शाह क्लब कौके कलां किसी टीम का कोई इंतजार नहीं मेरे मित्रों। भागपुर गगड़े की टीम ग्राउंड के विच है ते विरोधी टीम जिहड़ी है बुरज हरी सिंह वाला इहदे बारे जासी दसो तुसीं की फैसला कबड्डी के मैदान में जी टीम भागपुर गगड़े की है जेतू जी नोट कर लो जेतू टीम ते टी शर्ट भाई बाहर ही उतार के करो यार धन्यवाद है तुहाडा। बाबा रोडू शाह क्लब चूड़ चक के नूरपुर यह मैच शुरू होगा कबड्डी के मैदान में बड़े प्रबंधों के हेठ यह 42 शानदार कबड्डी का कप किशनपुरा की धरती के उत्ते देख रहे हैं लवी भाई दो टीम कबड्डी के मैदान में पुजन गया बाबा रोडू शाह क्लब चूड़ चक के नूरपुर
ਲਸਾੜਾ ਗਿੱਲ ਤੇ ਮੈਨੀਆਂ ਇਹ ਟੀਮਾਂ ਲੇਟ ਨਾ ਹੋਣਾ। ਚੂੜ ਚੱਕ ਦੀ ਟੀਮ ਕਬੱਡੀ ਦੇ ਮੈਦਾਨ ਵਿੱਚ ਆ ਗਈ। ਨੂਰਪੁਰ ਵਾਲੇ ਕਿੱਥੇ ਹੱਥ ਖੜਾ ਕਰਦੇ ਹੋ ਵੀ ਨੂਰਪੁਰ ਵਾਲੇ ਨੇ ਵੀ ਬਾਈ ਬਾਹਰ ਹੁਣ ਕੋਟ ਰੋਡ ਵਾਲੇ ਬਿਸਲ ਤੇ ਕਰਾਈਏ ਮੈਚ ਸ਼ੁਰੂ। ਬਾਬਾ ਰੋਡੂ ਸ਼ਾਹ ਕਲੱਬ ਚੂੜ ਚੱਕ ਤੇ ਨੂਰਪੁਰ ਦੋਨੋਂ ਟੀਮਾਂ ਸੈਂਟਰ ਲਾਈਨ ਤੇ ਆਓ ਯਾਰ ਜਲਦੀ ਤੋਂ ਜਲਦੀ ਮੇਰੇ ਮਿੱਤਰੋ। ਇਹ ਸਾਡੀ ਟੂਰਨਾਮੈਂਟ ਕਮੇਟੀ ਦਾ ਫੈਸਲਾ ਵੀ ਜੋ ਲਿਸਟ ਦੇ ਹਿਸਾਬ ਨਾਲ ਮੈਚ ਲਿਖੇ ਆ ਨਾ ਉਸੇ ਹਿਸਾਬ ਦੇ ਨਾਲ ਮੈਚ ਖੇਡੇ ਜਾਣਗੇ। ਕੋਈ ਮੈਚ ਅੱਗੇ ਪਿੱਛੇ ਨਹੀਂ ਕੀਤਾ ਜਾਣਾ। ਇਹ ਮੈਂ ਨਹੀਂ ਕਹਿੰਦਾ, ਇਹ ਪ੍ਰਬੰਧਕ ਕਮੇਟੀ ਪਿੱਛੇ ਬੋਲਦੀ ਹੈ। ਤੇ ਟੀ ਸ਼ਰਟਾਂ ਬਾਈ ਜੀ ਵੇਟਿੰਗ ਬਾਕਸ ਦੇ ਵਿੱਚ ਲਾ ਦਿਆ ਕਰੋ, ਕਿਉਂਕਿ ਆਪਾਂ ਹਰ ਟੂਰਨਾਮੈਂਟ ਤੇ ਇਹੀ ਬੋਲਦੇ ਹਾਂ। ਬਾਕਸਰ ਭਰਾ ਸਾਡੇ ਭਾਜੀ, ਤੁਸੀਂ ਵੀ ਇਹਨਾਂ ਨੂੰ ਕਿਹਾ ਕਰੋ ਵੀ ਟੀ ਸ਼ਰਟਾਂ ਇੱਥੇ ਲਾ ਦਿਓ, ਕਿਉਂਕਿ ਤੁਸੀਂ ਵੀ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ। ਤੁਹਾਡਾ ਵੀ ਧੰਨਵਾਦ ਹੈ। ਲਸਾੜਾ ਗਿੱਲ ਤੇ ਮੀਨੀਆਂ ਇਹ ਚੱਲਦੇ ਮੈਚ ਦੇ ਵਿੱਚ ਵਿੱਚ ਹੀ ਬਾਹਰਲੇ ਪਾਸੇ ਆ ਕੇ ਟੀਮਾਂ ਰੁਕ ਜਾਣ। ਇਹਨਾਂ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆਪਣੀ ਤਿਆਰੀ ਕਰਕੇ ਗਰਾਊਂਡ ਦੇ ਲਾਗੇ ਆ ਜਾਣ। ਲੈ ਵੀ ਹੁਣ ਧੀਰੇ ਦਾਤੇ ਵਾਲਿਆ ਬਿਸਲਵਾਰ ਆ ਦਰਸ਼ਕ ਜਿਹੜੇ ਦੇਖ ਲਾ ਕਿੰਨੇ ਪਿਆਰ ਦੇ ਨਾਲ ਕਬੱਡੀ ਨੂੰ ਦੇਖਣ ਲਈ ਪੁੱਜੇ ਹੈ। ਲੈ ਵੀ ਬਾਈ ਸਾਡਾ ਲੋਕ ਫਟਾਫਟ ਕੋਪਣੀਆਂ ਪਹਿਲੋ ਤੇ ਮੈਚ ਸ਼ੁਰੂ ਕਰ ਦਿਓ। ਲੈ ਵੀ ਜੱਗੂ ਤੇਰਾ ਧੰਨਵਾਦ ਆ, ਬੜੀ ਪਿਆਰੀ ਸਾਊਂਡ ਹੈ ਤੇ ਆਓ ਕਬੱਡੀ ਦੇ ਮੈਦਾਨ ਦੇ ਵਿੱਚ ਆਪਾਂ ਮੈਚ ਸ਼ੁਰੂ ਕਰਾਂਗੇ। ਮੇਰੀ ਦਾਤੇ ਵਾਲੇ ਬਿਸਲਵਾਰ ਹੁਣ ਟਾਈਮ ਹੈ ਨੀ ਆਪਣੇ ਕੋਲੇ, ਕਿਉਂਕਿ ਸਮਾਂ ਭੱਜਿਆ ਜਾਂਦਾ ਹੈ ਤੇ ਫੈਸਲੇ ਮੋਟਰਸਾਈਕਲਾਂ ਦੇ ਹੋਣੇ ਹੈ ਤੇ ਜੇਕਰ ਆਪਾਂ ਸਾਰੇ ਲੋਕਾਂ ਨੂੰ ਟਾਈਮ ਸਿਰ ਦਿਖਾਈਏ ਤੇ ਗੱਲ ਫੇਰ ਹੀ ਬਣਦੀ ਹੈ, ਕਿਉਂਕਿ ਇਹਨਾਂ ਭਰਾਵਾਂ ਨੂੰ ਕਬੱਡੀ ਦੇ ਜਿਹੜੇ ਮੈਚ ਦਿਖਾ ਸਕੀਏ। ਲੈ ਵੀ ਸੀਰ ਪਾਸੇ ਲਿਖਣ ਦੋਨਾਂ ਟੀਮਾਂ ਦੇ ਚੂੜ ਚੁੜਕ ਦੀ ਟੀਮ ਆਪਾਂ ਦੇਖ ਰਹੇ ਵੀ ਇੱਧਰ ਚੜ੍ਹਦੇ ਵਾਲੇ ਪਾਸੇ ਹੋ ਗਈ ਹੈ ਔਰ ਦੂਸਰੇ ਪਾਸੇ ਟੀਮ ਦੇਖੋ ਮੇਰੇ ਮਿੱਤਰੋ ਨੂਰਪੁਰ ਦੀ ਹੈ। ਮੈਚ ਸ਼ੁਰੂ ਹੋਣ ਜਾ ਰਿਹਾ ਹੈ ਦੋ ਟੀਮਾਂ ਦੇ ਦਰਮਿਆਨ, ਇੱਕ ਪਾਸੇ ਹੁਣ ਚੂੜ ਚੱਕ ਤੇ ਦੂਸਰੇ ਪਾਸੇ ਨੂਰਪੁਰ। ਕੋਟ ਕਪੂੜੇ ਵਾਲੇ ਹੁਣ ਢਿੱਲਣਾ ਪਾ ਤੇ ਬਿਸਲ ਮਾਰਦੇ ਮੇਰਾ ਵੀਰ। ਲਸਾੜਾ ਗਿੱਲ ਤੇ ਮੀਨੀਆਂ ਇਹ ਟੀਮਾਂ ਨੂੰ ਬੇਨਤੀ ਹੈ ਵੀ ਲਸਾੜਾ ਗਿੱਲ ਤੇ ਮੀਨੀਆਂ ਇਹ ਟੀਮਾਂ ਆਪਣੀ ਜਲਦੀ ਤਿਆਰੀ ਕਰਕੇ ਬਾਹਰਲੇ ਪਾਸੇ ਟੀ ਸ਼ਰਟਾਂ ਉਤਾਰ ਲੈਣ। ਲਓ ਕਬੱਡੀ ਦੇ ਮੈਦਾਨ ਦੇ ਵਿੱਚ ਨੂਰਪੁਰ ਦੀ ਧਰਤੀ ਦਾ ਸਾਹਮਣੇ ਪਹਿਲੀ ਕਬੱਡੀ ਨੌਜਵਾਨ ਬੱਬੂ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਕੀ ਭਰੇ ਜੁੱਸੇ ਨੌਜਵਾਨ ਸੋਹਣੇ ਹਿੱਕਾ ਚੌੜੀਆਂ ਪਿੰਡ ਵਿੱਚ ਆਣ ਵਰ ਗਏ। ਰੇਡ ਵਾਂਗ ਹਨੇਰੀ ਦੇ ਸ਼ੁਰੂ ਹੋ ਜਾਓ ਤੇ ਜਾਫੀ ਤੂਤ ਦੇ ਮੋਛੇ ਦੇ ਵਾਂਗ ਅੜ ਗਏ। ਦਰਸ਼ਕ ਮਾਰਨਗੇ ਚੀਕਾਂ ਤੇ ਤਾੜੀਆਂ ਬਈ ਆਪੋ ਆਪਣੀ ਜਗ੍ਹਾ ਤੇ ਆਣ ਖੜ ਗਏ, ਆਪੋ ਆਪਣੀ ਜਗ੍ਹਾ ਤੇ ਆਣ ਖੜ ਗਏ। ਲਓ ਸਾਹਮਣੇ ਗਗਨ ਦੀ ਪੈਂਦੀ ਹੋਈ ਕਬੱਡੀ ਖੇਡ ਦੇ ਮੈਦਾਨ ਵਿੱਚ ਦੇਖਾਂਗੇ। ਲਸਾੜਾ ਗਿੱਲ ਵਰਸੇ ਮੀਨੀਆਂ ਵਾਲੇ ਗੱਭਰੂ ਜਿੱਥੇ ਵੀ ਆਵਾਜ਼ ਨੂੰ ਸੁਣਦੇ ਹੈ ਉਹ ਬਾਹਰਲੇ ਪਾਸੇ ਤਿਆਰੀ ਰੱਖਣਗੇ, ਕਿਉਂਕਿ ਭਿੰਡਰਾਂ ਦੇ ਕਬੱਡੀ ਕੱਪ ਦੀ ਕਹਿੰਦੇ ਜੇਤੂ ਟੀਮ ਹੈ। ਉਹ ਸਾਹਮਣੇ ਕਰਮਜੀਤ ਲਸਾੜੇ ਵਾਲਾ ਆਪਣੀ ਟੀਮ ਨੂੰ ਲੈ ਕੇ ਕਬੱਡੀ ਦੇ ਮੈਦਾਨ ਦੇ ਲਾਗੇ ਪਹੁੰਚ ਚੁੱਕਿਆ ਹੈ। ਆਪਾਂ ਦਿਲੋਂ ਧੰਨਵਾਦ ਕਰਾਂਗੇ ਇਹਨਾਂ ਸਾਰੀਆਂ ਟੀਮਾਂ ਦਾ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਮੈਂ ਵੀ ਕੱਲੀ ਵਾਲੇ ਕੱਲੀ ਪਾ ਕੇ ਬਾਈ ਇੱਕ ਸਾਈਡ ਤੇ ਹੋ ਜਾ। ਇੱਧਰ ਸਾਹਮਣੇ ਦੇਖੋ ਕਬੱਡੀ ਦੇ ਮੈਦਾਨ ਦੇ ਵਿੱਚ ਪਾਈ ਹੋਈ ਨੌਜਵਾਨ ਗੱਭਰੂ ਦੀ ਕਬੱਡੀ ਹੈ ਕਿ ਕਦੇ ਕਿਸੇ ਨੂੰ ਨਹੀਂ ਸੀ ਖਾਬ ਆਇਆ। ਪੜ ਕਬੱਡੀ ਦੀ ਉੱਪਰਲੀ ਬਾਉਂਡਰੀ ਤੇ ਵੀ ਕੱਲੀ ਪਾ ਜਾ ਮੇਰਾ ਵੀਰ। ਬਾਹਰਲੇ ਪਾਸੇ ਵੀ ਲੈ ਵੀ ਬਾਈ ਕੱਲੀ ਪਾ ਦੇ, ਕਿਉਂਕਿ ਮੈਚ ਸਾਰੇ ਸਿਰੇ ਦੇ ਖੇਡੇ ਜਾ ਰਹੇ ਹੈ। ਸਾਹਮਣੇ ਬੇਅੰਤ ਸਿੰਘ ਨੌਜਵਾਨ ਕਬੱਡੀ ਪਾਉਣ ਦੇ ਲਿਪਾ ਦੇ ਆਏ। ਲੈ ਵੀ ਗਿਆਨੀ ਨੌਜਵਾਨਾਂ ਤਿਆਰੀ ਖਿੱਚ ਲੈ ਗੱਭਰੂਆ। ਉੱਧਰ ਗੁਰਪ੍ਰੀਤ
ਮੋਟੇ ਦੇ ਲਈ ਵਾਸ਼ਿੰਗ ਮਸ਼ੀਨ ਦਾ ਮਾਨ ਸਨਮਾਨ ਜਿਹੜਾ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਚ ਕੀਤਾ ਜਾਣਾ ਹੈ। ਤਾਂ ਸਾਹਮਣੇ ਇੱਕ ਪਾਸੇ ਮੁੰਡੇ ਦਾ ਰੌਕੇ ਕਿਲਾ ਪਿੰਡ ਹੈ, ਪਰ ਦੂਸਰੇ ਪਾਸੇ ਦੇਖੋ ਕਬੱਡੀ ਦੇ ਮੈਦਾਨ ਵਿੱਚ ਰਹਿ ਕੋਟੀਆ ਨੌਜਵਾਨ ਲਾ ਜੱਥਾ ਪੂਰੀ ਟੀਮ ਦੇ ਹਿੱਸੇ ਤਕੜਾ ਨੰਬਰ ਜੋੜਦਾ ਹੈ। ਜਿੰਦਰ ਦੁਬਈ ਜੀ ਕਬੱਡੀ ਖਿਡਾਰੀ ਸਾਡੇ, ਗੋਰਾ ਖੋਸਾ ਜੀ ਕਬੱਡੀ ਖਿਡਾਰੀ ਤੇ ਜੱਗਾ ਤੇ ਤਾਰਾ, ਇਹਨਾਂ ਵੱਲੋਂ ਵੱਡਾ ਮਾਨ ਸਨਮਾਨ ਜਿਹੜਾ ਹੈ ਗੁਰਪ੍ਰੀਤ ਦਾ ਅੱਜ ਵਾਸ਼ਿੰਗ ਮਸ਼ੀਨ ਦੇ ਨਾਲ ਕੀਤਾ ਜਾਵੇਗਾ। ਅਗਲੇ ਸਾਲ ਗੁਰਪ੍ਰੀਤ ਮੋਟੇ ਨੂੰ ਮੋਟਰਸਾਈਕਲ ਦੇ ਨਾਲ ਸਨਮਾਨ ਕੀਤਾ ਜਾਣਾ ਹੈ। ਤਾਰਾ ਸਾਡੇ ਵੀ ਕੈਨੇਡੀਅਨ ਕੰਨੇ ਕੇ ਤੇ ਨਾਲ ਗੁਰਮੀਤ ਸਿੰਘ ਜੀ ਦੁਬਈ ਕਹਿੰਦੇ ਕੇ, ਪਵਿੱਤਰ ਸਿੰਘ ਜੀ ਦੁਬਈ ਕਹਿੰਦੇ ਕੇ ਤੇ ਬਾਈ ਜੱਸੀ ਜੀ ਦੁਬਈ ਵਾਲੇ ਸੁੱਖਾ ਦੁਬਈ ਵਾਲਾ ਕਹਿੰਦਾ ਵੀ ਵੱਡੇ ਮਾਣ ਗੁਰਪ੍ਰੀਤ ਦੇ ਲਈ ਹੋਣਗੇ। ਇੱਧਰ ਦੇਖੋ ਸਾਹਮਣੇ ਮੁੰਡਾ ਕਹਿੰਦੇ ਨੂਰਪੁਰ ਦੀ ਧਰਤੀ ਦਾ ਆਪਣੀ ਟੀਮ ਦੇ ਲਈ ਇੱਕ ਸੁੰਦਰ ਜਿਹਾ ਨੰਬਰ ਜੋੜਦਾ ਹੋਇਆ, ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਦੇ ਮੈਦਾਨ ਵਿੱਚ ਗਗਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਲੈਦਰ ਸਾਹਮਣੇ ਗਗਨ ਦੀ ਕਬੱਡੀ ਤੇ ਪਹਿਲਾ ਸਿੱਖ ਸਰਦਾਰ ਨੌਜਵਾਨ ਨਿੰਦੂ ਨੇ ਕਹਿੰਦੇ ਪਹਿਲਾ ਜੱਫਾ ਲਾ ਕੇ ਬੱਲੇ ਬੱਲੇ ਕਰਵਾਈ ਹੈ, ਪਰ ਇੱਧਰ ਗਗਨ ਕਬੱਡੀ ਪਾ ਰਿਹਾ। ਉੱਧਰ ਦੇਖੋ ਸਾਹਮਣੇ ਰੂਪ ਕੰਗਰਾ ਜੀ ਵਿਸ਼ੇਸ਼ ਤੌਰ ਤੇ ਪਿੰਡ ਸਰੇਰ ਤੋਂ ਪੁੱਜੇ ਹੋਏ ਆਪਣੇ ਸਾਥੀਆਂ ਦੇ ਨਾਲ, ਉਹਨਾਂ ਦਾ ਵੀ ਸਤਿਕਾਰ ਕਰਾਂਗੇ। ਇੱਧਰ ਸਾਹਮਣੇ ਨੌਜਵਾਨ ਕਿ ਗੱਭਰੂ ਦੇਸ਼ ਪੰਜਾਬ ਦੇ ਕਿੰਨੇ ਸੋਹਣੇ ਲੱਗਦੇ ਨੇ, ਹੋਏ ਮਿਰਗਾਂ ਵਰਗੀ ਚਾਲ ਹੌਸਲੇ ਸ਼ੇਰਾਂ ਵਰਗੇ ਨੇ, ਵੀ ਗੱਭਰੂ ਮੇਰੇ ਪੰਜਾਬ ਦੇ ਕਿੰਨੇ ਸੋਹਣੇ ਲੱਗਦੇ ਨੇ। ਇੱਧਰ ਸਾਹਮਣੇ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਵਿੱਚ। ਮੀਨਿਆਂ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਬਾਹਰਲੇ ਪਾਸੇ ਤਿਆਰੀ ਰੱਖੇ ਮੀਨਿਆਂ ਦੀ ਟੀਮ, ਕਿਉਂਕਿ ਮੈਚ ਉਹ ਵੀ ਸਿਰੇ ਦਾ ਖੇਡਿਆ ਜਾਣਾ ਹੈ ਕਬੱਡੀ ਦੇ ਮੈਦਾਨ ਦੇ ਵਿੱਚ, ਉਹ ਵੀ ਟੀਮ ਆਪਣੀ ਤਿਆਰੀ ਰੱਖਣ। ਸਗਰਾਵਾਂ ਤੇ ਬਾਬਾ ਅਰੋਡੂ ਸ਼ਾਹ ਕਲੱਬ ਕੌਂਕੇ ਕਲਾਂ ਇਹ ਟੀਮਾਂ ਜਲਦੀ ਤੋਂ ਜਲਦੀ ਕਬੱਡੀ ਦੇ ਮੈਦਾਨ ਦੇ ਲਾਗੇ ਜੁੜਨਗੀਆਂ। ਉੱਧਰ ਦਰਸ਼ਕ ਵੀਰ ਇਕੱਲੀ ਇਕੱਲੀ ਕਬੱਡੀ ਦਾ ਸਵਾਦ ਲੈ ਰਹੇ ਆ। ਉੱਧਰ ਦੇਖੋ ਸਾਹਮਣੇ ਆਹ ਮੁੰਡਾ ਕਹਿੰਦੇ ਕੈਨੇਡਾ ਵੀ ਤਕੜਾ ਖੇਡਿਆ ਰਾਉਕੇ ਪਿੰਡ ਦਾ ਕਬੱਡੀ ਦੇ ਮੈਦਾਨ ਦੇ ਵਿੱਚ ਬੇਅੰਤ ਸਿੰਘ ਆਪਣੀ ਟੀਮ ਦੇ ਹਿੱਸੇ ਸੋਹਣਾ ਨੰਬਰ ਜੋੜਦਾ ਹੋਇਆ, ਚੱਲ ਵੀ ਨੌਜਵਾਨਾਂ ਪਾ ਕਬੱਡੀ। ਬਾਬੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਲਓ ਬਾਬੂ ਅਗਲੀ ਕਬੱਡੀ ਪਾਵੇਗਾ ਨੂਰਪੁਰ। ਲਓ ਸਾਹਮਣੇ ਪਿੰਡ ਕਹਿੰਦੇ ਬਿਲਕੁਲ ਰਾਏਕੋਟ ਦੇ ਲਾਗੇ ਵਸਿਆ ਪਿੰਡ ਹੈ, ਦੂਸਰੇ ਪਾਸੇ ਚੂੜ ਚੱਕ ਪਿੰਡ ਹੈ, ਪੱਪੂ ਉਹਨਾਂ ਦਾ ਪਿੰਡ ਹੈ, ਪਰ ਇੱਧਰ ਦੇਖੋ ਸਾਹਮਣੇ ਮੁੰਡਾ ਪੂਰੀ ਕਰਦਾ ਹਿੰਡ ਹੈ। ਲਓ ਦੇਖੋ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਕਿ ਬਾਪੂ ਕਹਿੰਦਾ ਖੇਡ ਪੁੱਤਾ ਸ਼ੇਰ ਬਣ ਕੇ ਦਿਖਾ ਦੇ ਹੁਣ ਕੌਡੀ ਦਾ ਪਲੇਅਰ ਬਣ ਕੇ, ਰਿਸ਼ਤੇਦਾਰ ਯਾਰ ਬੇਲੀ ਮਾਣ ਕਰਦੇ ਤੇ ਗੁਣ ਬਿਨਾ ਕੋਈ ਨੀ ਕਿਸੇ ਨੂੰ ਜਾਣਦਾ, ਓਏ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ। ਲਓ ਉੱਧਰ ਸਾਹਮਣੇ ਨੌਜਵਾਨ ਗਗਨ ਕਬੱਡੀ ਪਾ ਰਿਹਾ ਹੈ, ਚਾਰ ਜਾਫੀ ਹੈ, ਚਾਰਾਂ ਦੇ ਵਿੱਚੋਂ ਫੇਰ ਗਿਆਨੀ ਦੀ ਟਰਾਈ ਹੈ, ਲੋਕ ਹੁਣ ਤਾੜੀਆਂ ਮਾਰਨਗੇ। ਲਓ ਉੱਧਰ ਸਾਹਮਣੇ ਬੱਲੇ 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 ਇੱਥੇ 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 ਨਹੀਂ ਰੀਸਾ, ਮੁੰਡਾ 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 ਇੱਥੇ ਰੱਖ ਨਹੀਂ ਰੀਸਾ, ਅਰਜਾ ਪਾਸੇ ਖਾਲਸਾ ਮੁੰਡਾ ਸੁਖੀ ਸਾਂਦੀ ਪਹੁੰਚ ਗਿਆ, ਤਾੜੀਆਂ ਮਾਰ ਦਿਓ ਮੇਰੇ ਮੁੰਡੇ ਦੇ ਲਈ ਯਾਰ। ਕੋਈ ਗੱਲ ਨੀ ਗਿਆਨੀ ਜੀ, ਮੁੰਡਾ ਫੇਰ ਆਊਗਾ, ਤੁਸੀਂ ਤਿਆਰੀ ਰੱਖੋ। ਉੱਧਰ ਸਾਹਮਣੇ ਦੇਖੋ ਕਬੱਡੀ ਦੇ ਮੈਦਾਨ ਦੇ ਵਿੱਚ ਸੋਹਣਾ ਮੈਚ ਕਬੱਡੀ ਦਾ ਖੇਡਿਆ ਜਾ ਰਿਹਾ ਹੈ। ਲਓ ਦੇਖੋ ਸਾਹਮਣੇ ਵੀ ਧੱਕੇ ਦੇ ਕੇ ਚੜੀ ਜਵਾਨੇ, ਦੁਨੀਆਂ ਸਾਰੀ ਬੰਨੇ, ਹੱਟ ਕਬੱਡੀ ਬੰਨੇ ਆ ਬਈ, ਹੱਟ ਕਬੱਡੀ ਬੰਨੇ, ਖਾਧੇ ਨੇ ਮੱਖਣਾ ਦੇ ਪੇੜੇ, ਪੀਤੇ ਦੁੱਧ ਦੇ ਛੰਨੇ, ਉਹ ਪੰਜਾਬੀਆਂ ਦੀ ਖੇਡ ਕਬੱਡੀ ਦਾ ਨਜ਼ਾਰਾ। ਤੇ ਜੱਫਾ ਉੱਧਰ ਵੀ ਕਹਿੰਦੇ ਬਾਬਾ ਰੋਡੂ ਸ਼ਾਹ ਦੀ ਟੀਮ ਨੇ ਆਪਣੀ ਟੀਮ ਦੇ ਸਿੱਖ ਨੰਬਰ ਜੋੜ ਦਿੱਤਾ। ਲਓ ਸਾਹਮਣੇ ਬੇਅੰਤ ਸਿੰਘ ਕਬੱਡੀ ਪਾ ਰਿਹਾ ਅੱਜ, ਦੇਖੋ ਸਾਹਮਣੇ ਲੱਗੀਆਂ ਹੋਈਆਂ ਰੌਣਕਾਂ, ਕੱਲੀ ਕੱਲੀ ਕਬੱਡੀ ਦਾ ਸਵਾਦ ਲੈਣ ਦੇ ਲਈ ਪੁੱਜੇ ਹੋਏ ਪੰਜਾਬੀ ਵੀਰ ਸਾਰਿਆਂ ਦਾ ਧੰਨਵਾਦ ਹੈ। ਇਸੇ ਤਰ੍ਹਾਂ ਦੀਆਂ ਕਬੱਡੀਆਂ ਕੱਲ ਕਹਿੰਦੇ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਸ਼ਹਿਰ ਦੇ ਵਿੱਚ ਕਹਿੰਦੇ ਕਬੱਡੀ ਕੱਪ ਹੋਣ ਜਾ ਰਿਹਾ ਹੈ, ਉੱਥੇ ਵੀ ਰੌਣਕਾਂ ਲੱਗਣਗੀਆਂ। ਹੈਲੋ ਬਾਈ ਜੀ, ਨੂਰਪੁਰੇ ਟੀਮ ਕਿੱਧਰਲੇ ਪਾਸੇ ਆ? ਨੂਰਪੁਰੇ ਜੀ, ਨੂਰਪੁਰੇ ਦੀ ਟੀਮ ਭਾਜੀ ਚੜ੍ਹਦੇ ਵਾਲੇ ਪਾਸੇ ਖੇਡ ਰਹੀ ਹੈ, ਲਹਿੰਦੇ ਵਾਲੇ ਪਾਸੇ ਆਪਣੇ ਪਿੰਡ ਵਾਲੇ ਪਾਸੇ। ਨੂਰਪੁਰੇ ਦਾ ਜਾਫੀ ਜਿਹੜਾ ਸਿੰਘ ਸਰਦਾਰ ਆ, ਉਹਨਾਂ ਨੂੰ 100 ਰੁਪਇਆ ਅੰਗਰੇਜ਼ ਸਿੰਘ ਜੇ ਆਈ ਵੱਲੋਂ ਸਪੈਸ਼ਲ ਨਾਮ ਆਇਆ। ਅੰਗਰੇਜ਼ ਸਿੰਘ ਜੀ
ਲੈਬੀ ਲੰਦਰਾ ਤੇਰੇ ਲਈ ਗਿਆਨੀ ਮਾਨ ਸਨਮਾਨ ਭੇਜਦੇ ਭਾਵੇਂ ਜਿੱਥਾ ਤੂੰ ਪਹਿਲਾਂ ਲਾਇਆ ਸੀ ਦੂਸਰਾ ਨਹੀਂ ਲੱਗਿਆ ਤੇ ਹੁਣ ਪੁੱਤਰਾ ਤਿਆਰੀ ਫੜ ਲੈ ਉਧਰ ਵੀ ਕਬੱਡੀ ਦਾ ਸਿੱਖ ਸਰਦਾਰ ਮੈਂ ਦੇਖ ਰਿਹਾ ਵੀ ਉਹ ਵੀ ਮੈਨੂੰ ਲੱਗਦਾ ਕਰਾਰੀ ਜੀ ਝਪਟ ਮਾਰੂਗਾ ਕਿ ਬਾਜਾ ਵਰਗੀ ਝਪਟ ਮਾਰਦਾ ਲਾਉਂਦਾ ਕੈਂਚੀ ਭਾਰੀ ਸਿਰ ਕੱਢ ਜਾਫੀ ਨੂੰ ਓਏ ਦੁਨੀਆ ਜਾਣਦੀ ਸਾਰੀ ਸਿਰ ਕੱਢ ਜਾਫੀ ਨੂੰ ਦੁਨੀਆ ਜਾਣਦੀ ਸਾਰੀ ਕਿਉਂਕਿ ਕੋਟ ਕੋਟ ਦੇ ਗੀਤੇ ਨੇ ਵੀ ਕਬੱਡੀ ਖੇਡੀ ਹੈ ਉਧਰ ਮੁੰਡਾ ਫਰੀਦਕੋਟ ਕੰਮਿਆਂ ਨੇ ਤੋਂ ਉਹ ਵੀ ਪੁੱਜਿਆ ਕਬੱਡੀ ਉਹਨੇ ਵੀ ਖੇਡੀ ਹੈ ਮੈਂ ਵੀ ਨੌਜਵਾਨਾਂ ਪਾਖਾ ਕਬੱਡੀ ਲੈ ਵੀ ਗਿਆਨੀ ਹੁਣ ਹੋਖਾ ਮੁੰਡੇ ਦੇ ਨੇੜੇ ਲਾਖਾ ਹੱਥ ਪਾਖਾ ਜਵਾੜੇ ਦੇ ਵਿੱਚ ਹੱਥ ਮੁੰਡੇ ਦੇ ਬਹੁਤ ਸਾਹਮਣੇ ਪਾਈ ਹੋਈ ਕਬੱਡੀ ਤਰਾਜ ਬਾਈ ਜੀ ਸਟੇਜ ਤੇ ਆ ਸਾਡੇ ਕੋਲੇ ਨੀ ਤਰਾਜ ਲੱਗਣਾ ਤਰਾਜ ਤੇ ਮੇਲਾ ਕਮੇਟੀ ਜਿਹਨਾਂ ਨੇ ਲੱਖਾਂ ਰੁਪਇਆ ਲਾਉਣਾ ਨਾ ਤਰਾਜ ਲਿਖਤੀ ਰੂਪ ਚ ਦੇਣਾ ਪੈਣਾ ਹੈ ਉਧਰ ਪੀਤੋ ਮੀਨੀਆਂ ਵਾਲਾ ਉਹ ਵੀ ਮੈਨੂੰ ਲੱਗਦਾ ਵੀ ਲੱਖੇ ਦੇ ਨਾਲ ਮੀਨੀਆਂ ਦੀ ਟੀਮ ਦਾ ਹਿੱਸਾ ਬਣ ਕੇ ਖੇਡਣ ਦੇ ਲਈ ਪੁੱਜ ਗਿਆ ਆਪਾਂ ਧੰਨਵਾਦ ਕਰਾਂਗੇ ਲਓ ਕਬੱਡੀ ਦੇ ਮੈਦਾਨ ਵਿੱਚ ਮੈਚ ਜਿੱਦਾਂ ਆਹ ਤਗੜਾ ਖੇਡਿਆ ਜਾ ਰਿਹਾ ਹੈ ਮੈਚ ਇਸ ਤੋਂ ਅਗਲਾ ਵੀ ਸਿਰੇ ਦਾ ਖੇਡਿਆ ਜਾਣਾ ਹੈ ਲਓ ਸਾਹਮਣੇ ਗੱਭਰੂ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਹੈ ਕਿ ਤਾਕਤ ਵਰਦੀਆਂ ਦੋਹੇ ਖੇਡਾਂ ਓਏ ਕੌਡੀ ਤੇ ਭਲਵਾਨੀ ਪਹਿਲਾਂ ਮਾਰ ਗੁਰੂ ਤੋਂ ਖਾਣੀ ਕੰਮ ਨੀ ਕੋਈ ਆਸਾਨੀ ਖਾਣ ਖੁਰਾਕਾਂ ਨਾਲ ਸ਼ੌਕ ਦੇ ਆਪੇ ਬੋਲੇ ਜਵਾਨੇ ਥਾਪੀ ਮਾਰ ਜਦ ਔਨ ਖਾੜੇ ਗੁਰਜ ਪਵੇ ਅਸਮਾਨੇ ਜਿਤਨੀ ਸੌਖੀ ਨੇ ਓਏ ਕੌਡੀ ਤੇ ਭਲਵਾਨੇ ਜਿਤਨੀ ਸੌਖੀ ਨੇ ਕੌਡੀ ਤੇ ਭਲਵਾਨੇ ਲਓ ਇੱਧਰ ਸਾਹਮਣੇ ਨੌਜਵਾਨ ਕਬੱਡੀ ਪਾ ਰਿਹਾ ਉੱਧਰ ਕਹਿੰਦੇ ਡਗਰੂ ਦੇ ਸ਼ੀਰੇ ਦਾ ਤੇ ਨਾਲ ਕਹਿੰਦੇ ਕੁਹਾਰਕੇ ਵਾਲੇ ਸੱਜਣ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਕੀਤਾ ਜਾਣਾ ਹੈ ਭਾਈ ਜੰਟੂੜੀ ਕਹਿੰਦੇ ਹੈ ਇਹ ਵੱਡਾ ਮਾਣ ਕੀਤਾ ਜਾਣਾ ਹੈ ਭਾਜੀ ਸਟੇਜ ਦੇ ਉੱਤੇ ਜਿਹੜਾ ਮਾਈਕ ਹੈ ਇਹਦੀ ਤੁਸੀਂ ਸਵਿੱਚ ਆਫ ਕਰ ਲਓ ਬਹੁਤ ਧੰਨਵਾਦ ਤੁਹਾਡਾ ਸਾਡੇ ਇੱਧਰ ਸਾਊਂਡ ਜਿਹੜੀ ਬੜੀ ਪਿਆਰੀ ਤੇ ਸਾਡੇ ਬਾਈ ਜਿਹੜੇ ਸਟੇਜ ਤੋਂ ਬੋਲ ਬੋਲਦੇ ਹੈ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਪੂਰਾ ਸਤਿਕਾਰ ਹੈ ਵੀ ਸੀਰ ਦੱਸ ਕੋਈ ਕਬੱਡੀ ਰਹਿੰਦੀ ਤੇ ਪਵਾ ਦੇ ਲੈਦਰ ਅਗਲੀ ਕਬੱਡੀ ਬੱਬੂ ਫੇਰ ਨੂਰਪੁਰ ਵਾਲਾ ਹੁੰਡਾ ਰਾਏਕੋਟ ਦਾ ਕਬੱਡੀ ਪਾ ਰਿਹਾ ਹੈ ਨਾਟ ਢੋਲ ਕਹਿੰਦੇ ਵੀ ਛਪਾਰ ਦਾ ਤੇ ਛਪਾਰ ਦੇ ਲਾਗੇ ਵਸਿਆ ਪਿੰਡ ਆ ਮੁੰਡੇ ਦਾ ਲਓ ਸਾਹਮਣੇ ਕਬੱਡੀ ਪਾ ਰਿਹਾ ਹੈ ਖੇਡਦੇ ਮੈਦਾਨ ਵਿੱਚ ਹੋਰ ਗਈਆਂ ਟੱਕਰਾਂ ਤੇ ਦੇਖੋ ਸਾਹਮਣੇ ਮੁੰਡਾ ਲੱਤਾਂ ਨੂੰ ਚੰਬੜਦਾ ਜਾਂਦਾ ਹੈ ਪਰ ਉੱਧਰ ਦੇਖੋ ਸਾਹਮਣੇ ਬੱਬੂ ਦੀ ਉਂਗਲ ਖੜੀ ਹੈ ਇੱਥੇ ਮੈਚ ਦਾ ਸਵਾਦ ਹੈ ਇੱਕ ਵਾਰੀ ਤਾੜੀਆਂ ਜ਼ਰੂਰ ਬਾਈ ਮਾਰ ਦਿਓ ਇਹਨਾਂ ਦੇ ਲਈ ਤਾੜੀਆਂ ਮਾਰ ਦਿਓ ਦੋਨਾਂ ਟੀਮਾਂ ਦੇ ਲਈ ਮੈਚ ਸਮਾਪਤ ਹੈ ਮੀਤ ਕੋਈ ਤਰਾਜ ਬਾਰੇ ਤੇਰੇ ਕੋਲ ਕੋਈ ਗੱਲ ਆਈ ਤਾਂ ਦੱਸਦੇ ਨਹੀਂ ਤੇ ਆਪਾਂ ਫੈਸਲਾ ਦੇ ਦਈਏ ਜਿੰਦੂ ਸਾਡਾ ਵੀਰ ਦਾਤੇ ਤੋਂ ਬੋਝੋ ਦਾ ਲਾਇਸੈਂਸ ਗੁੰਮ ਹੋ ਗਿਆ ਜੇ ਕਿਸੇ ਸੱਜਣ ਨੂੰ ਮਿਲਿਆ ਤੇ ਦੇ ਦਿਓ ਬਟੂਆ ਹੀ ਗੁੰਮ ਹੋ ਗਿਆ ਸਣੇ ਲਾਇਸੈਂਸ ਪਰਸ ਪੈਸੇ ਪਾਇਆ ਸਾਰਾ ਕੁਝ ਗੁੰਮ ਤੇ ਇੱਥੇ ਇਹ ਕੰਮ ਚੱਲਣਾ ਬਾਈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਆਪੋ ਆਪਣੇ ਵਹੀਕਲ ਸੰਦ ਵਗੈਰਾ ਸਾਂਭ ਕੇ ਰੱਖੋ ਨੂਰਪੁਰ ਵਾਲਾ ਜਾਫੀ ਬਾਈ ਆਦਾ 100 ਰੁਪਇਆ ਲੈ ਜਾਓ ਵੀਰੇ ਮੇਰੇ ਕੋਲ 100 ਰੁਪਇਆ ਨੂਰਪੁਰ ਵਾਲਿਓ ਠੀਕ ਹੈ ਜੀ ਤੁਹਾਡੇ ਕੋਲੇ ਨੂਰਪੁਰ ਦਾ ਗਿਆਨੀ ਪਹੁੰਚੂਗਾ ਤੇ ਤੁਸੀਂ ਮਾਇਆ ਦੇਣੀ ਹੈ ਉਧਰ ਕਹਿੰਦੇ ਜੰਡੀ ਦਾ ਭਲਵਾਨ ਵੀ ਪੁੱਜ ਗਿਆ ਮੈਂ ਵੀ ਲਸਾੜੇ ਵਾਲਿਆ ਤੇਰਾ ਵੀ ਧੰਨਵਾਦ ਹੈ ਤੇ ਦੂਸਰੇ ਪਾਸੇ ਲੱਖਾਂ ਮੀਨੀਆਂ ਵਾਲਾ ਟੀਮ ਇਹ ਵੀ ਸਿਰੇ ਦੀ ਬਣ ਕੇ ਪੁੱਜੀ ਹੈ ਆਉਣ ਵਾਲੀ 24 ਤੇ 25 ਤਰੀਕ ਝੰਡਿਆਂ ਨੇ ਗਰਭੀ ਦੀ ਧਰਤੀ ਰਵੀ ਦਾ ਜਿੱਥੇ ਮਾਨ ਸਨਮਾਨ ਕਹਿੰਦੇ ਵਾਸ਼ਿੰਗ ਮਸ਼ੀਨ ਦੇ ਨਾਲ ਤੇ ਨਾਲ ਕਹਿੰਦੇ ਗੋਰੇ ਦਾ ਮਾਨ ਕੀਤਾ ਜਾਣਾ ਸਟੇਜ ਤੇ ਜਾਓ ਜੀ ਉਹ ਸਾਹਮਣੇ ਸਟੇਜ ਤੇ ਸਾਡੇ ਵੀਰ ਬੈਠੇ ਹੈ ਉੱਥੋਂ ਮਾਇਆ ਲੈਣੀ ਹੈ ਕੁਝ ਇਹਨਾਂ ਦੇ ਭਰਾ ਪੁੱਜੇ ਹੈ ਤੇ ਕੁਝ ਅਜੇ ਪੁੱਜਣੇ ਹੈ ਤੇ ਕੁਝ ਸਿੱਧਾ ਲਾਈਨ ਦੇਖ ਰਹੇ ਹੈ ਧੰਨਵਾਦ ਕਰਾਂਗੇ ਆਓ ਜੀ ਦੋਨੋਂ ਟੀਮਾਂ ਸੈਂਟਰ